ਪੰਜਾਬ ਤੋਂ ਕਦੋਂ ਉੱਥੇ ਪਹੁੰਚੇ ਨਿਊਜ਼ੀਲੈਂਡ ਤੇ ਐਟ ਪ੍ਰੈਜ਼ੈਂਟ ਕੀ ਸਿਚੁਏਸ਼ਨ ਹੈ ਕੋਰੋਨਾ ਨੂੰ ਲੈ ਕੇ ਉੱਥੇ ਕਿੰਨੀ ਕੁ ਸਰਕਾਰ ਨੇ ਜਿਹੜੇ ਕਦਮ ਚੁੱਕੇ ਨੇ ਜਿਹੜੇ ਅਹਿਤਿਆਤੀ ਕਦਮ ਚੁੱਕੇ ਨੇ ਤੇ ਲੋਕ ਕਿੰਨਾ ਕੁ ਸਾਥ ਦੇ ਰਹੇ ਨੇ ਇਸ ਵਕਤ ਨਿਊਜ਼ੀਲੈਂਡ ਦੇ ਹਾਲਾਤ ਇਹ ਨੇ ਵੀ ਕੰਪਲੀਟ ਲੌਕਡਾਊਨ ਹੈਗਾ ਸਿਰਫ ਤੁਸੀਂ ਅਸੈਂਸ਼ੀਅਲ ਸਰਵਿਸਿਜ਼ ਲਈ ਜਾ ਸਕਦੇ ਹੋ ਬਾਹਰ ਤੁਸੀਂ ਬਾਹਰ ਨਹੀਂ ਜਾ ਸਕਦੇ ਤੁਸੀਂ ਆਸ ਪਾਸ ਆਪਣੇ ਘਰ ਦੇ ਆਸ ਪਾਸ ਵਾਕ ਕਰ ਸਕਦੇ ਹੋ ਬਟ ਗਰੁੱਪਸ ਦੇ ਵਿੱਚ ਨਹੀਂ ਕਰ ਸਕਦੇ ਆਪ ਇਕੱਲੇ ਆਪਣੇ ਘਰ ਦੇ ਮੈਂਬਰ ਦੇ ਨਾਲ ਕਰ ਸਕਦੇ ਹੋ ਜ਼ਿਆਦਾਤਰ ਹੱਦ ਦੇ ਵਿੱਚ ਲੋਕ ਫੋਲੋ ਕਰ ਰਹੇ ਨੇ ਇਹਨੂੰ ਐਂਡ ਇਹਦਾ ਇਹਦੇ ਨਤੀਜੇ ਵਜੋਂ ਇੱਥੇ ਕੇਸਿਸ ਵੀ ਦਿਨ ਬ ਦਿਨ ਘੱਟਦੇ ਪਏ ਇੱਥੇ ਕੀ ਪੋਜੀਸ਼ਨ ਹੈ ਕਿੰਨੇ ਕੁ ਲੋਕ ਇਸ ਬਿਮਾਰੀ ਦੀ ਚਪੇਟ ਵਿੱਚ ਆਏ ਨੇ ਤੇ ਟਿਲ ਨਾਉ ਟਿਲ ਯਾਨੀ ਕਿ ਇਸ ਵਕਤ ਤੱਕ ਕਿੰਨੇ ਕੁ ਲੋਕ ਇਹਦਾ ਸ਼ਿਕਾਰ ਹੋਏ ਨੇ 1386 ਨੇ ਜੀ ਤੇ ਡੈਥਸ ਟੋਟਲ ਅੱਜ ਤੱਕ ਅਨਫੋਰਚੂਨੇਟਲੀ 9 ਡੈਥਸ ਹੋਈਆਂ ਨੇ ਐਂਡ ਰੋਜ਼ ਦੇ ਰੋਜ਼ ਜਿਹੜਾ ਹੈਗਾ ਅਗਰ ਕੇਸਿਸ ਦੇਖਿਆ ਜਾਏ ਤੇ ਨੰਬਰ ਆਫ ਕੇਸਿਸ ਘਟਦੇ ਪਏ ਨੇ ਸਰਕਾਰ ਜੋ ਹਦਾਇਤਾਂ ਦੇ ਰਹੀ ਹੈ ਲੋਕਾਂ ਦਾ ਪਾਲਣ ਕਰ ਰਹੇ ਨੇ ਇਸਦੇ ਨਾਲ ਨਾਲ ਹੀ ਜੇ ਕੋਈ ਅਗਰ ਉੱਥੇ ਕੋਈ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਿਹਾ ਤਾਂ ਸਿਹਤ ਸਹੂਲਤਾਂ ਇੰਨੀਆਂ ਵਧੀਆ ਨੇ ਇੰਨਾ ਵਧੀਆ ਉਹਨਾਂ ਦਾ ਟ੍ਰੀਟਮੈਂਟ ਕਰ ਰਹੇ ਨੇ ਕਿ ਉਹ ਰਿਕਵਰ ਵੀ ਹੋ ਰਹੇ ਨੇ ਗਵਰਨਮੈਂਟ ਦੀ ਸਪੋਰਟ ਪੂਰੀ ਹੈ ਐਂਡ ਮੈਡੀਕਲ ਬਹੁਤ ਜ਼ਿਆਦਾ ਦਿੱਤੀ ਜਾ ਰਹੀ ਹੈ ਅਤੇ ਹੋਰ ਔਰਗਨਾਈਜੇਸ਼ਨਸ ਵੱਲੋਂ ਵੈਸੇ ਵੀ ਸਪੋਰਟ ਦਿੱਤੀ ਜਾ ਰਹੀ ਹੈ ਗੁਰਦੁਆਰਾ ਸਾਹਿਬਾਨ ਜਿਹੜੇ ਹੈ ਉੱਥੇ ਸਥਿਤ ਗੁਰਦੁਆਰਾ ਸਾਹਿਬ ਹੈ ਉੱਥੇ ਨਿਊਜ਼ੀਲੈਂਡ ਦੀ ਸਰਕਾਰ ਨੇ ਸਪੈਸ਼ਲ ਉਹਨਾਂ ਨੂੰ ਅਲਾਓ ਕੀਤਾ ਹੋਇਆ ਕਿ ਉਹ ਲੰਗਰ ਦੀ ਸੇਵਾ ਨਿਭਾ ਸਕਦੇ ਨੇ ਕਿਹੜਾ ਗੁਰਦੁਆਰਾ ਚੋਕਾ ਜੀ ਫਿਲਹਾਲ ਹੁਣ ਤੁਹਾਨੂੰ ਕੀ ਲੱਗਦਾ ਕਿ ਉੱਥੇ ਜਿੱਦਾਂ ਕਿਉਂਕਿ ਇੰਡੀਆ ਵਿੱਚ ਲੋਕਡਾਊਨ ਉਹਨਾਂ ਨੇ 3 ਮਈ ਤੱਕ ਵਧਾ ਦਿੱਤਾ ਹੈ ਭਾਰਤ ਸਰਕਾਰ ਨੇ ਉੱਥੇ ਇੱਦਾਂ ਦੇ ਕੁਝ ਸੰਕੇਤ ਮਿਲ ਰਹੇ ਨੇ ਕਿ ਅਜੇ ਰਿਵਿਊ ਕਰਨਾ ਹੈ ਸਰਕਾਰ ਨੇ ਅਗਰ ਲੈਵਲ 3 ਆਉਂਦਾ ਹੈ ਤਾਂ ਉਹਦੇ ਵਿੱਚ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਸੋ ਅਜੇ ਉਹ ਦੱਸਣਾ ਹੈ ਉਹਨਾਂ ਸਤਿ ਸ਼੍ਰੀ ਅਕਾਲ ਜੀ ਸਾਡੀ ਖਾਸ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਦੋਸਤੋ ਕੋਰੋਨਾ ਮਹਾਮਾਰੀ ਦੁਨੀਆ ਦੇ ਹਰ ਦੇਸ਼ ਵਿੱਚ ਫੈਲ ਚੁੱਕੀ ਹੈ ਇਸ ਦੌਰਾਨ ਦੁਨੀਆ ਦੇ ਕੁਝ ਦੇਸ਼ ਅਜਿਹੇ ਵੀ ਨੇ ਜਿਹੜੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਬਹੁਤ ਹੱਦ ਤੱਕ ਬਚੇ ਹੋਏ ਨੇ ਜੀ ਹਾਂ ਇਹ ਬਿਲਕੁਲ ਸਹੀ ਹੈ ਇੱਥੇ ਅਸੀਂ ਗੱਲ ਕਰ ਰਹੇ ਹਾਂ ਦੱਖਣੀ ਦੇਸ਼ ਨਿਊਜ਼ੀਲੈਂਡ ਦੀ ਨਿਊਜ਼ੀਲੈਂਡ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦਾ ਚੌਥਾ ਪੜਾਅ ਚੱਲ ਰਿਹਾ ਪਰ ਉੱਥੇ ਇੰਨਾ ਕੁ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ ਕਿ ਉੱਥੇ ਜ਼ਿਆਦਾ ਲੋਕ ਇਸ ਦੀ ਚਪੇਟ ਵਿੱਚ ਨਹੀਂ ਆਏ 10 ਤੋਂ ਵੀ ਘੱਟ ਹੈ ਜਿਹਨਾਂ ਦੀ ਗਿਣਤੀ ਹੈ ਜਿਹੜੇ ਉੱਥੇ ਇਸ ਕੋਰੋਨਾ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਨੇ ਫਿਲਹਾਲ ਇਸ ਬਾਰੇ ਜ਼ਿਆਦਾ ਗੱਲਬਾਤ ਕਰਨ ਲਈ ਅਸੀਂ ਜੁੜੇ ਹਾਂ ਨਿਊਜ਼ੀਲੈਂਡ ਤੋਂ ਸਿੱਧੇ ਸਾਡੇ ਸਾਥੀ ਨੇ ਪਰਮਿੰਦਰ ਜੀ ਚੋਪੜਾ ਚੋਪੜਾ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਵਿਵੇਕ ਜੀ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਥੋੜਾ ਦੱਸੋ ਆਪਣੇ ਬਾਰੇ ਤੁਸੀਂ ਪੰਜਾਬ ਤੋਂ ਕਦੋਂ ਉੱਥੇ ਪਹੁੰਚੇ ਨਿਊਜ਼ੀਲੈਂਡ ਤੇ ਐਟ ਪ੍ਰੈਜ਼ੈਂਟ ਕੀ ਸਿਚੁਏਸ਼ਨ ਹੈ ਕੋਰੋਨਾ ਨੂੰ ਲੈ ਕੇ ਉੱਥੇ ਕਿੰਨੀ ਕੁ ਸਰਕਾਰ ਨੇ ਜਿਹੜੇ ਕਦਮ ਚੁੱਕੇ ਨੇ ਜਿਹੜੇ ਅਹਿਤਿਆਤੀ ਕਦਮ ਚੁੱਕੇ ਨੇ ਤੇ ਲੋਕ ਕਿੰਨਾ ਕੁ ਸਾਥ ਦੇ ਰਹੇ ਨੇ ਉੱਥੇ ਵੇਖ ਜੀ ਮੈਂ 2014 ਦੇ ਵਿੱਚ ਆਇਆ ਸੀਗਾ ਨਿਊਜ਼ੀਲੈਂਡ ਮੂਵ ਕੀਤਾ ਸੀਗਾ ਤੇ ਇਸ ਵਕਤ ਨਿਊਜ਼ੀਲੈਂਡ ਦੇ ਹਾਲਾਤ ਇਹ ਨੇ ਵੀ ਕੰਪਲੀਟ ਲੌਕਡਾਊਨ ਹੈਗਾ ਸਿਰਫ ਤੁਸੀਂ ਅਸੈਂਸ਼ੀਅਲ ਸਰਵਿਸਿਜ਼ ਲਈ ਜਾ ਸਕਦੇ ਹੋ ਬਾਹਰ ਜਿੱਦਾਂ ਕੋਈ ਗਰੋਸਰੀ ਲੈਣੀ ਹੈ ਜਾਂ ਡਾਕਟਰ ਕੋਲ ਜਾਣਾ ਹੈਗਾ ਮੈਡੀਕਲ ਸਿਚੁਏਸ਼ਨ ਵਾਸਤੇ ਅਦਰਵਾਈਜ਼ ਤੁਸੀਂ ਬਾਹਰ ਨਹੀਂ ਜਾ ਸਕਦੇ ਤੁਸੀਂ ਆਸ ਪਾਸ ਆਪਣੇ ਘਰ ਦੇ ਆਸ ਪਾਸ ਵਾਕ ਕਰ ਸਕਦੇ ਹੋ ਬਟ ਗਰੁੱਪਸ ਦੇ ਵਿੱਚ ਨਹੀਂ ਕਰ ਸਕਦੇ ਆਪ ਇਕੱਲੇ ਆਪਣੇ ਘਰ ਦੇ ਮੈਂਬਰ ਦੇ ਨਾਲ ਕਰ ਸਕਦੇ ਹੋ ਤੇ ਕੰਪਲੀਟ ਲੋਕਡਾਊਨ ਨੂੰ 3rd ਵੀਕ ਚੱਲ ਰਿਹਾ ਤੇ ਅਨਦਰ 1 ਵੀਕ ਇਸ ਤੋਂ ਬਾਅਦ ਰਹਿੰਦਾ ਹੈਗਾ ਲੋਕਡਾਊਨ ਦਾ ਉਸ ਤੋਂ ਬਾਅਦ ਸਰਕਾਰ ਕਹਿ ਰਹੀ ਹੈ ਵੀ ਅਸੀਂ ਦੇਖਾਂਗੇ ਕਿ ਫਰਦਰ ਲੋਕਡਾਊਨ ਕੈਰੀ ਔਨ ਕਰਨਾ ਹੈਗਾ ਕਿ ਥੋੜ੍ਹਾ ਜਿਹਾ ਘਟਾਉਣਾ ਹੈ ਸਟ੍ਰਿਕਟਨੈਸ ਜਿਹੜਾ ਤੁਸੀਂ ਪੁੱਛਿਆ ਲੋਕ ਜ਼ਿਆਦਾਤਰ ਹੱਦ ਦੇ ਵਿੱਚ ਲੋਕ ਫੋਲੋ ਕਰ ਰਹੇ ਨੇ ਇਹਨੂੰ ਐਂਡ ਇਹਦਾ ਇਹਦੇ ਨਤੀਜੇ ਵਜੋਂ ਇੱਥੇ ਕੇਸਿਸ ਵੀ ਦਿਨ ਬ ਦਿਨ ਘਟਦੇ ਪਏ ਨੇ ਯਾਨੀ ਕਿ ਲੋਕ ਤੁਸੀਂ ਕਹਿ ਰਹੇ ਹੋ ਕਿ ਉੱਥੇ ਸਰਕਾਰ ਦੀਆਂ ਹਦਾਇਤਾਂ ਨੂੰ ਫੋਲੋ ਕਰ ਰਹੇ ਨੇ ਉਹ ਇੱਦਾਂ ਵੈਸੇ ਇੰਡੀਆ ਵਿੱਚ ਵੀ ਰਿਹਾ ਪਰ ਲੋਕ ਬੜੀ ਦੇਰ ਨਾਲ ਸਮਝ ਪਾ ਰਹੇ ਨੇ ਤਾਂ ਹੀ ਇੱਥੇ ਲੱਗਦਾ ਕਿ ਕੇਸਿਸ ਵੱਧ ਰਹੇ ਨੇ ਫਿਰ ਵੀ ਰੱਬ ਦੇ ਸ਼ੁਕਰ ਹੈ ਕਿ ਇੱਥੇ ਕੇਸਿਸ ਬੜੇ ਸੀਮਿਤ ਨੇ ਅਗਰ ਦੇਖਿਆ ਜਾਏ ਆਬਾਦੀ ਦੇ ਹਿਸਾਬ ਨਾਲ ਤੇ ਇੱਕ ਹੋਰ ਚੀਜ਼ ਜਾਣਨਾ ਚਾਹੁੰਦੇ ਕਿ ਨਿਊਜ਼ੀਲੈਂਡ ਵਿੱਚ ਲੋਕਾਂ ਨੇ ਕੋਈ ਇੱਦਾਂ ਤਾਂ ਨਹੀਂ ਹੈ ਕਿ ਘਰਾਂ ਤੋਂ ਬਾਹਰ ਆ ਕੇ ਗਲੀਆਂ 'ਚ ਘੁੰਮ ਰਹੇ ਆ ਜਾਂ ਪੰਜਾਬ 'ਚ ਜਾਂ ਦੇਸ਼ ਦੇ ਬਾਕੀ ਸ਼ਹਿਰਾਂ ਵਿੱਚ ਅਸੀਂ ਦੇਖ ਪਾ ਰਹੇ ਹਾਂ ਕਿ ਪੁਲਿਸ ਦੀਆਂ ਹਦਾਇਤਾਂ ਦਾ ਪ੍ਰਸ਼ਾਸਨ ਦੀ ਹਦਾਇਤਾਂ ਦੀ ਲੋਕ ਪਾਲਣਾ ਨਹੀਂ ਕਰ ਰਹੇ ਨਹੀਂ ਗਲੀਆਂ ਦੇ ਵਿੱਚ ਐਸ ਸੱਚ ਗਰੁੱਪਸ ਦੇ ਵਿੱਚ ਤਾਂ ਕੋਈ ਨਹੀਂ ਆ ਰਿਹਾ
एंड कोई कल्ला या कोई हाउस होल्ड दे दो जने अगर वॉक कर रहे ने या डॉग नू वॉक करा रहे ने, बट वो भी बहुत ज्यादा नहीं हैगा। ते जी मोर और लेस लोग लॉकडाउन दी कंडीशंस नू फॉलो कर रहे ने। बहुत बढ़िया जी, बहुत एक चंगे नागरिक होने का फर्ज निभा रहे हैं। एक छोटा जिहा तुसीं अंकड़े थोड़े अगर दे सको तां उत्थे की पोजीशन है, किन्ने लोग इस बीमारी की चपेट विच आए ने, ते टिल नाउ टिल यानी कि इस वक्त तक किन्ने लोग इसका शिकार होए ने। हाँ जी, डेफिनेटली अज दी तरीक तक इत्थे टोटल जिहड़े केसेस कंफर्म्ड एंड प्रोबेबल केसेस जिहड़े होए ने 1386 ने जी। ते वन डेथ्स थ्री टोटल एट सिक्स अज तक अनफॉर्चुनेटली 9 डेथ्स हुईयां ने। एंड ओ रोज दे रोज जिहड़ा हैगा अगर केसेस देखा जाए ते नंबर ऑफ केसेस घटदे पए ने। पीक जिहड़ी सीगी ओह तकरीबन 20-22 मार्च तो लैके ते 4 या 5 अप्रैल तक सीगी, उदों तक रोज दे केस 70-80 तक गए सीगे। बट हुण वो केसेस पर डे नंबर ऑफ केसेस जिहड़े ने वो घटी जांदे ने एंड 20 तो लैस ही आ रहे ने 2-3 दिनां तो। अच्छा, एक तुसी कह रहे हो कि 70-80 केस या बिलो 50 केस भी डेली दे हिसाब नाल आ रहे हैं, इट मीन उसे बंदे रिकवर कर रहे हैं, सेहत सहूलता वधिया है, इसका मतलब उसे हाँ जी, 1300 जिदा मैं तुहानूं दस्सिया 1386 टोटल अज तक दे केस ने ते रिकवर्ड केस अज तक 728 ने। 728 लोग रिकवर भी हो गए ने ते ये बहुत बड़ी ओनली बहुत बड़ा एक 13 पीपल आर इन द हॉस्पिटल। ओके 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 बहुत बढ़िया जी। मतलब है कि सरकार जो हदायतें दे रही है लोग उनका पालन कर रहे हैं, इसे नाल ही जे कोई अगर उसे कोई कोरोना वायरस का शिकार हो रहा है तो सेहत सहूलता इन वधिया ने इना वधिया उन्हों का ट्रीटमेंट किया जा रहा है कि वो रिकवर भी हो रहे हैं। बहुत बड़ी एक उपलब्धि है न्यूजीलैंड हाँ जी, सरकार की। रिकवरी रेट, हाँ जी, गवर्नमेंट दी बहुत सपोर्ट है जी सारे सिटीजन्स नू जिहड़े इत्थे दे लोग रह रहे ने। इन द सेंस न्यूजीलैंड च हैगे ने इस वेले, वो चाहे सिटीजन होन या विजिटर जिहड़े आए हुए ने जिहड़े रह गए, बट गवर्नमेंट दी सपोर्ट पूरी है एंड मेडिकल बहुत ज्यादा दित्ती जा रही है ते होर ऑर्गेनाइजेशंस वालों वैसे भी सपोर्ट दिती जा रही है। किसी नु कोई ग्रोसरी दी कोई फूड दी प्रॉब्लम है ते लोकां दा ख्याल रखा जा रहा है। जी, परमिंदर जी एक गल करते हैं कि पंजाबी कदों भी सेवा भावना अपने ज्यादा आती है, जो कोई भी औखी घड़ी आती है तो पंजाबी खासकर सिख कम्युनिटी बड़ी वध चढ़ के हिस्सा लेंदी है, अपना फर्ज निभाती है, क्योंकि गुरु महाराज ने कहा होया कि कर भला हो भला। तो उत्थे पंजाबी इस विच किन्ना सहयोग दे रहे हैं, मैंने ये भी पता लगा सी कि एक गुरुद्वारा साहिबान जो है उत्थे स्थित ने, गुरुद्वारा साहिब है उत्थे न्यूजीलैंड की सरकार ने स्पेशल उन्होंने अलाउ किया होया कि वो लंगर की सेवा निभा सकते हैं, केड़ा गुरुद्वारा है उसे। तुहाडी गल बिल्कुल ठीक है जी। इंडियंस एज सच जिहड़े इंडियन सारे ही वैसे सारी कम्युनिटी इत्थे इंडियंस दी अपने अपने लेवल ते हेल्प कर रही है, जिहड़े कम्युनिटी ग्रुप्स ने। ते सिख तां इस तरह दी सेवा च वैसे ऑर्गेनाइज्ड ही हैगे ने, क्योंकि गुरुद्वारे दा सेटअप ही इदां दा हैगा कि उहनां कोल इदां दी कोई अगर लोड़ पै जावे ते दे इमीडिएटली स्टार्ट गिविंग आउट द फैसिलिटीज। ਇੱਥੇ ਇੱਕ ਗੁਰਦੁਆਰਾ ਹੈਗਾ, ਵੈਸੇ ਤਾਂ ਕਾਫੀ ਗੁਰਦੁਆਰਿਆਂ ਤੋਂ ਇਹ ਚੱਲ ਰਿਹਾ ਪ੍ਰੋਸੈਸ, ਬਟ ਇੱਥੇ ਇੱਕ ਗੁਰਦੁਆਰਾ ਹੈ, ਗੁਰਦੁਆਰਾ जी ਦਸ਼ਮੇਸ਼ ਦਰਬਾਰ ਟਾਕਾ ਨੀਨੀ ਏਰੀਆ ਦੇ ਵਿੱਚ। ਤੇ ਉਹਨਾਂ ਨੂੰ ਅਸੈਂਸ਼ੀਅਲ ਸਰਵਿਸਿਜ਼ ਐਕਟ ਦੇ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਹੈ ਤੇ ਉਹ ਫੂਡ ਦੇ ਪੈਕਟਸ ਬਣਾ ਰਹੇ ਨੇ ਤੇ ਜਿਹੜੇ ਨੀਡੀ ਨੇ ਉਹਨਾਂ ਨੂੰ ਐਵਰੀ ਥਰਡ ਡੇ ਦੇ ਆਰ ਗਿਵਿੰਗ ਆਊਟ ਪੈਕਟਸ, ਉਹ ਹਰ ਤੇ ਹਰ जी ਤੀਜੇ ਦਿਨ ਉਹ ਕਰਦੇ ਨੇ। ਜਿਹੜੇ ਤਾਂ ਗੁਰਦੁਆਰੇ ਤੋਂ ਆਪ ਆ ਕੇ ਲੈ ਜਾਂਦੇ ਨੇ, ਵੈਲ ਐਂਡ ਗੁੱਡ ਹੈ। ਜਿਹੜੇ ਉਹਨਾਂ ਨੂੰ ਰਿੰਗ ਕਰ ਦਿੰਦੇ ਨੇ, ਉਹਨਾਂ ਨੇ ਨੰਬਰ ਦਿੱਤੇ ਹੋਏ ਨੇ ਵੀ ਅਸੀਂ ਆ ਵੀ ਨਹੀਂ ਸਕਦੇ ਬਿਕੋਜ਼ ਆਫ ਵੇਰੀਅਸ ਰੀਜ਼ਨਸ, ਤੇ ਵਲੰਟੀਅਰ ਹੈਗੇ ਨੇ ਉਹਨਾਂ ਦੇ ਘਰ ਜਾ ਕੇ ਪੈਕਟ ਬਾਹਰ ਰੱਖ ਕੇ ਆਉਂਦੇ ਨੇ। ओके okay। यानी कि वो पूरी सावधानी रख रहे हैं, जो प्रिकॉशन लेने होंगे हैं, किसी चीज को टच नहीं करना। हाँ जी, हाँ जी, गुरुद्वारे दे विच तां बहुत वधिया सिस्टम बनाया होया है। जस्ट तुसीं जिदां जी जी मैं वही जानना चाह रहा गुरुद्वारे थी, गुरुद्वारा दे साहिब कंपाउंड दे की दो बंदोबस्त गेट, कितने होने, लंगर लेने जा रहे हैं उसे।
हाँ जी, मैं उही तुहानू दस रहा सीगा भी जे कोई अपने व्हीकल ते कोई लैन जा रहा हैगा, वो एक गेट तो अंदर एंटर करते हैं वन बाय वन, गड्डी च ही रहना उन्होंने, बाहर नहीं आना। ते अंदर एंटर करके उत्थे वलंटियर खड़े होंगे ने पूरा, वो फूड पैकेज क्योंकि थोड़ा जहा वड्डा हुंदा है पैकेज, ते वो बस अपना कार का बूट जिहड़ी है डिक्की जिन्हों असीं कहिंदे आ वो खोल देंदे ने गड्डी च बैठे बैठे ही, ते वो फूड पैकेज डिक्की च रखा जाता ते उन्हों बंद कर देंदे ने, वलंटियर कार च नहीं बैठ जाता अंदर ते वो कार तो बाहर नहीं आते, एंड इदा करके वो कार देन द कार मूव्स आउट, वो फिर वो बाहर निकल जाते हैं देन द नेक्स्ट कम्स। सो इस तरह बड़ा हाइजीन एंड सोशल डिस्टेंसिंग रख के ये किया जाता है। बहुत खूब, बहुत ही नवेकला ते एक नायाब उपराला किया है आपसे गुरुद्वारा साहिब वालों किया गया लंगर की जो सेवा है, यानी कि वो सोशल हाँ डिस्टेंसिंग जी का भी पूरा ध्यान रख रहे हैं, लोगों को लंगर भी उपलब्ध करवा रहे हैं, हाँ जी सेवा भी कर रहे हैं। बहुत बहुत बढ़िया उपराला पूरी कम्युनिटी का, फिर शलाघा के पात्र ने। तो चोपड़ा जी, फिलहाल हम तुम्हें की लगता है कि उत्थे जिदा, क्योंकि इंडिया में लॉकडाउन उन्होंने 3 मई तक बढ़ा दिता है भारत सरकार ने, उत्थे इदा के कुछ संकेत मिल रहे हैं कि अजे रिव्यू करना है सरकार ने उत्थे? उते इस तरह हैगा जी, सरकार ने प्राइम मिनिस्टर ने डिक्लेयर किया हैगा जिहड़े साडे ऑनरेबल प्राइम मिनिस्टर ने जसिंदा आर्डन जी कि असी जिहड़ा 24 तक सीगा 23rd मिडनाइट तक ये प्रपोज सीगा लेवल 4 दा लॉकडाउन, एंड असी अजे नहीं डिसाइड करना, असी 20 तक दी 20th ऑफ अप्रैल तक दी फिगर्स देख के देन द गवर्नमेंट विल डिसाइड कि असी इनू कैरी ऑन करना है लॉकडाउन लेवल 4 तो लेवल 3 ते वापस लैके आना है, जिदे विच थोड़ी रिस्ट्रिक्शंस घट होनगियां। वो लेवल 3 भी वो सारा 1-2 दिन च वो सारा एक्सप्लेन कर देंगे कि अगर लेवल 3 आंदा है तो ओदे विच की कर सकदे आ की नहीं कर सकदे, सो अजे वो दसना है उन्होंने। यानी कि 20 तारीख अगर 4 या 5 दिन होर ने, उसके बाद तो न्यूजीलैंड की सरकार प्रीव्यू करोगी इस चीज़ का कि अगर लॉकडाउन एक्सटेंड करना है या ऐसे नो कंटिन्यू रखना है। हाँ जी तो होर कोई विशेष जानकारी जो तुम साढ़े दर्शकों तक पहुंचाना चाहते हो? बस यही है जी, ए आई थिंक न्यूजीलैंड दा जिहड़ा रिएक्शन सीगा फॉर कंप्लीट लॉकडाउन वो वन ऑफ द क्विकेस्ट सीगा, जिद्दां ही केसेस दा लगना शुरू होया भी आ रहे ने ते इन्हां ने बड़ी जल्दी स्टेप ले लिया लॉक कंप्लीट लॉकडाउन दा, वो इट हैज प्रूव्ड टू बी वेरी बिल्कुल गुड, बिल्कुल, वेरी इफेक्टिव। ते आई थिंक ये दिस इज वन ऑफ द की टू कंट्रोलिंग दिस होल वायरस पेंडेमिक, ते इस गवर्नमेंट ने बड़ी अच्छा एग्जैक्टली स्टेप ले लिया, जल्दी ले लिया, जिदा रिजल्ट ये मिल रहे ने कि ऑलमोस्ट फ्लैट आउट ही हो रहा है ये पेंडेमिक, इतने जिस तरह की फिगर्स आ रही ने केस घटी जाते ने, एंड ज्यादातर केस अराउंड 40% केस जिहड़े ने वो फॉरन अराइवल्स दे सीगे और उस तो बाद जिहड़े फिर पास ऑन हुए, सो वो जदों फॉरन अराइवल्स हुण रुक गई हैं क्योंकि बॉर्डर बंद हो गए ते ये हौली हौली इत्थों खत्म हो जाएगा। जी परमिंदर जी, जी लास्ट सवाल के उत्ते जो इंडियन कम्युनिटी है खास तौर पे पंजाबी कम्युनिटी, ते उन्हां दा की रिस्पांस है कोविड-19 तो बाद? एक पासे तां सेवा भी निभा रहे ने हो, एक पासे जिहड़ी रेस्ट्रिक्शंस हैं उन्हां नूं भी मान रहे ने, इस तो इलावा? इस तरह में ये जी एवरीबॉडी इज लुकिंग फॉरवर्ड टू कम आउट ऑफ दिस, भी जल्दी तो जल्दी सारे प्रे यही कर रहे ने भी होर जानी नुकसान तो बिल्कुल ना होवे, ते जी जी बिल्कुल जिहड़ा इकोनॉमी दे ऊपर नुकसान होया वो भी ये लॉकडाउन खत्म होवे ताकि हौली हौली सारे बिजनेसेस और होर अपने काम जिहड़े ने वापस शुरू होन एंड पीपल अपनी लाइफ नू दोबारा जीना शुरू कर दें जिहड़ी कि हुण बिल्कुल रुकी हुई है ऑलमोस्ट। बिल्कुल बिल्कुल सो कम्युनिटीज जी भी बिल्कुल, इकट्ठियां हो जान है रही तो ने, जहान है। कम्युनिटीज अपने अपने जान है तो जहान है जी, कम्युनिटीज अपने अपने ग्रुप्स दे विच सारे दा वेलफेयर भी फोन करके पुछदी है, सानू डिफरेंट कम्युनिटी ग्रुप्स तो फोन भी आंदे ने कि आर यू ऑल राइट, तुहानू कोई मेंटल कोई फिजिकल कोई सपोर्ट चाहिए है तुसी दसो, तो ये भी बड़ा आपस अच्छा से रब्ता इथे कायम रखा गया है उपराला पूरी हो रहा है। कंपनी। हाँ जी एग्जैक्टली
ਜੀ ਪਰਮਿੰਦਰ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਵਧੀਆ ਜਾਣਕਾਰੀ ਤੁਹਾਡੇ ਤੋਂ ਹਾਸਿਲ ਹੋ ਪਾਈ ਹੈ ਨਿਊਜ਼ੀਲੈਂਡ ਵਿੱਚ ਤੁਸੀਂ ਬੈਠੇ ਹੋ ਤੇ ਘਰ ਤੋਂ ਬਾਹਰ ਨਾ ਜਾਓ ਇੱਕ ਛੋਟੀ ਜਿਹੀ ਸਲਾਹ ਦਊਂਗਾ ਘਰ ਤੋਂ ਬਾਹਰ ਨਾ ਜਾਓ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ ਸਾਡੇ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਘਰ ਰਹੋ ਸੁਰੱਖਿਅਤ ਰਹੋ ਅੱਜ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਆਗਿਆ ਦਿਓ ਧੰਨਵਾਦ